ਘਰ ਦੇ ਵਿੱਚ ਬੈਠੇ ਹੋਏ ਵਤਨ ਟੀਵੀ ਪ੍ਰੋਗਰਾਮ ਦੇ ਦਰਸ਼ਕਾਂ ਨੂੰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਨਿੱਘੀ ਜੀ ਆਇਆਂ। ਪੰਜਾਬੀ ਰੰਗਮੰਚ ਨਾਲ ਮੋਹ ਰੱਖਣ ਵਾਲੇ ਦੋਸਤਾਂ ਵਾਸਤੇ ਖੁਸ਼ਖਬਰੀ ਹੈ ਕਿ ਅੱਜ ਅਸੀਂ ਇੱਕ ਅਜਿਹੀ ਸ਼ਖਸੀਅਤ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ ਜਿਨ੍ਹਾਂ ਨੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਬਿਲਕੁਲ ਸਾਹਮਣੇ ਪੰਜਾਬ ਨਾਟਸ਼ਾਲ ਨਾਂ ਦੀ ਇੱਕ ਸੰਸਥਾ ਬਣਾਈ ਹੈ, ਇੱਕ ਥੀਏਟਰ ਬਣਾਇਆ ਹੈ, ਇੰਟੀਮੇਟ ਥੀਏਟਰ ਬਣਾਇਆ ਹੈ। ਉਹਦੇ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ। ਨਾਲ ਦੀ ਨਾਲ ਜਤਿੰਦਰ ਬਰਾੜ ਹੋਣੀ ਜਿਹੜੇ ਇਸ ਸੰਸਥਾ ਦੇ ਇਸ ਇਮਾਰਤ ਦੇ ਸੰਸਥਾਪਕ ਨੇ, ਉਹ ਇੱਕ ਨਾਟਕਕਾਰ ਵੀ ਨੇ, ਉਹਨਾਂ ਬਾਰੇ ਨਾਟਕਾਂ ਬਾਰੇ ਵੀ ਗੱਲਬਾਤ ਕਰਾਂਗੇ। ਆਓ ਗੱਲਬਾਤ ਕਰਦੇ ਹਾਂ ਜਤਿੰਦਰ ਬਰਾੜ ਹੋਣ ਦੇ ਨਾਲ। ਬਰਾੜ ਸਾਹਿਬ, ਵਤਨ ਟੀਵੀ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਨਿੱਘੀ ਜੀ ਆਇਆਂ। ਧੰਨਵਾਦ ਜੀ। ਬਰਾੜ ਸਾਹਿਬ, ਪੰਜਾਬ ਨਾਟਸ਼ਾਲਾ ਬਾਰੇ ਆਪਾਂ ਗੱਲਬਾਤ ਜ਼ਰੂਰ ਕਰਾਂਗੇ, ਉਹ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਤੁਹਾਡੀ ਜਿਹੜੀ ਨਾਟਕਾਂ ਦੀ ਜਿਹੜੀ ਤੁਸੀਂ ਲਿਖਣਾ ਸ਼ੁਰੂ ਕੀਤੇ ਉਹ ਕਦੋਂ ਕੀਤੇ, ਭਾਅ ਜੀ ਗੁਰਸ਼ਰਨ ਸਿੰਘ ਹੁਣਾਂ ਦੇ ਨਾਲ ਕੰਮ ਕਰਨਾ ਕਦੋਂ ਸ਼ੁਰੂ ਕੀਤਾ, ਇਹਦੇ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕਰੋ ਜੀ। ਨਾਟਕ ਲਿਖ ਜਿਹੜਾ ਹੈ ਲਿਖਣ ਦਾ ਕੰਮ ਅਤੇ ਨਾਟਕ ਕਰਨ ਦਾ ਕੰਮ, ਇਹ ਤਾਂ ਕਾਲਜ ਟਾਈਮ ਤੋਂ ਹੀ ਕਰਦੇ ਸੀ। ਕਾਲਜ ਦੇ ਟਾਈਮ ਦੇ ਵਿੱਚ ਅਸੀਂ ਆਪ ਖੁਦ ਜਿਹੜਾ ਹੈਗਾ ਨਾਟਕ ਜਿਹੜਾ ਹੈ ਲਿਖ ਕੇ ਅਤੇ ਆਪੇ ਹੀ ਡਾਇਰੈਕਟ ਕਰਨਾ, ਆਪੇ ਹੀ ਕਰਨਾ, ਅਤੇ ਬੜਾ ਕਾਮਯਾਬ ਅਤੇ ਇੱਕ ਬੜਾ ਅੱਛਾ ਇੱਕ ਸ਼ੌਕ ਸੀ। ਆਪਣੇ ਕਾਲਜ ਦੇ ਦੌਰਾਨ ਕਾਫੀ ਸਾਰੇ ਨਾਟਕ ਕੀਤੇ ਅਤੇ ਯੂਥ ਫੈਸਟੀਵਲਸ ਦੇ ਵਿੱਚ ਕਾਫੀ ਮੱਲਾਂ ਮਾਰੀਆਂ, ਪਰ ਜਦੋਂ ਕਾਲਜ ਛੱਡਿਆ ਅਤੇ ਆ ਕੇ ਫਿਰ ਜਦੋਂ ਬਾਹਰਲੀ ਦੁਨੀਆ 'ਚ ਪਹੁੰਚੇ ਅਤੇ ਫਿਰ ਪਤਾ ਲੱਗਿਆ ਕਿ ਜਿਹੜਾ ਹੈ ਹਕੀਕਤ ਜਿਹੜੀ ਹੈ ਅਸਲੀ ਜਿਹੜੀ ਹੈਗੀ ਹੈ ਉਹ ਕੀ ਹੈ। ਬੜੀਆਂ ਇੱਥੇ ਬੇਇਨਸਾਫੀਆਂ ਨੇ, ਜਿਵੇਂ ਕਿ ਨੌਕਰੀ ਵਾਸਤੇ ਸਿਫਾਰਿਸ਼ਾਂ ਅਤੇ ਇੱਥੇ ਬਾਕੀ ਸਮਾਜ ਦੇ ਵਿੱਚ ਹੋਰ ਬਹੁਤ ਸਾਰੀਆਂ ਬਿਮਾਰੀਆਂ ਹੈ ਨੇ। ਅਤੇ ਫਿਰ ਮੈਨੂੰ ਭਾਅ ਜੀ ਗੁਰਸ਼ਰਨ ਸਿੰਘ ਦੇ ਨਾਲ ਮਿਲਣ ਦਾ ਮੌਕਾ ਮਿਲਿਆ ਅਤੇ ਉਹਨਾਂ ਨਾਲ ਜਦੋਂ ਮੈਂ ਸਾਰਾ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਇਹ ਜਿਹੜਾ ਨਾਟਕ ਜਾਂ ਤੁਹਾਡਾ ਲਿਖਣ ਦਾ ਜਿਹੜਾ ਹੈਗਾ ਹੁਨਰ, ਇਹਨੂੰ ਤੁਸੀਂ ਜਿਹੜਾ ਸਮਾਜਿਕ ਦੇ ਬੁਰਾਈਆਂ ਦੇ ਅਗੇਂਸਟ ਜਾਂ ਜਿਹੜੇ ਵੀ ਤੁਹਾਨੂੰ ਗਿਲੇ ਨੇ ਸਮਾਜ ਦੇ ਨਾਲ, ਉਹਨਾਂ ਨਾਲ ਤੁਸੀਂ ਜਿਹੜੇ ਹੈ ਜੂਝਣ ਵਾਸਤੇ ਤੁਹਾਡੇ ਕੋਲ ਇੱਕ ਬਹੁਤ ਅੱਛਾ ਇੱਕ ਸਾਧਨ ਹੈ ਅਤੇ ਤੁਸੀਂ ਇਹਨੂੰ ਜ਼ਰੂਰ ਵਰਤੋ। ਫਿਰ ਮੈਂ ਮਹਿਸੂਸ ਕੀਤਾ ਕਿ ਜਿਹੜਾ ਥੀਏਟਰ ਹੈ, ਰੰਗ ਮੰਚ ਹੈ, ਇਹ ਸਿਰਫ ਇੱਕ ਸ਼ੌਕ ਹੀ ਨਹੀਂ, ਇਹ ਇੱਕ ਬਹੁਤ ਵੱਡੀ ਜ਼ਰੂਰਤ ਹੈ, ਇਸ ਜਿਸ ਦੇ ਨਾਲ ਕਿ ਤੁਸੀਂ ਸਮਾਜਿਕ ਬੁਰਾਈਆਂ ਦੇ ਨਾਲ ਲੜ ਸਕਦੇ ਹੋ। ਬਰਾੜ ਸਾਹਿਬ, ਹੁਣ ਤੱਕ ਕਿੰਨੇ ਕੁ ਨਾਟਕ ਲਿਖ ਚੁੱਕੇ ਹੋ? ਮੈਂ ਵੈਸੇ ਤਾਂ ਕੋਈ ਛੋਟੇ ਵੱਡੇ ਨਾਟਕ ਪਾ ਕੇ 25 ਕੁ ਨਾਟਕ ਜਿਹੜੇ ਹੈਗੇ ਆ ਉਹ ਕਰ ਚੁੱਕਾ, ਜਿਨ੍ਹਾਂ ਦੇ ਵਿੱਚੋਂ 6-7 ਜਿਹੜੇ ਹੈਗੇ ਉਹ ਪੂਰੇ ਫੁੱਲ ਲੈਂਥ ਪਲੇਸ ਨੇ। ਉਹਨਾਂ ਨੂੰ ਬੜਾ ਅੱਛਾ ਹੁੰਗਾਰਾ ਮਿਲਿਆ, ਇੱਥੇ ਤੱਕ ਕਿ ਮੈਨੂੰ ਉਹਦੇ ਲਈ ਕਈ ਸਨਮਾਨ ਵੀ ਮਿਲੇ ਨੇ। ਅਤੇ ਉਹ ਨਾਟਕ ਜਿਹੜੇ ਆ ਲੋਕਾਂ ਨਾਲ ਬਹੁਤ ਹੀ ਲੋਕਾਂ ਨੇ ਪਸੰਦ ਕੀਤੇ ਆ, ਬਹੁਤ ਵਾਰ ਵਾਰ ਖੇਡੇ ਗਏ ਨੇ, ਕਈ 100 ਵਾਰੀ, ਕਈ ਨਾਟਕ ਤਾਂ ਜਿਹੜੇ ਹੈਗੇ ਆ ਉਹ ਹਜ਼ਾਰਾਂ ਦੀ ਗਿਣਤੀ ਵਿੱਚ, ਜਿਹਦੇ ਕਿ ਇੱਕ ਟੋਆ ਨਾਟਕ ਜਿਹੜਾ ਕਿ ਭਾਅ ਜੀ ਗੁਰਸ਼ਰਨ ਸਿੰਘ ਹੋਰਾਂ ਦੇ ਸ਼ੁਰੂ 'ਚ ਅਸੀਂ ਸ਼ੁਰੂ ਕੀਤਾ ਸੀ, ਉਹ ਤਾਂ ਬੇਹਿਸਾਬ ਵਾਰੀ। ਇਹੋ ਜਿਹੇ ਹੋਰ ਵੀ ਬਹੁਤ ਸਾਰੇ ਨਾਟਕ ਨੇ ਜਿਹੜੇ ਕਿ ਜਿਨ੍ਹਾਂ ਦੀ ਕੋਈ ਗਿਣਤੀ ਨਹੀਂ ਹੈ, ਪਰ ਕਾਫੀ ਖੇਡੇ ਗਏ ਨਾਟਕ ਜਿਹੜੇ ਹੈ। ਬਰਾੜ ਸਾਹਿਬ, ਕਿਤੇ ਵਜੋਂ ਤੁਸੀਂ ਇੰਜੀਨੀਅਰ ਹੋ, ਇੱਕ ਇੰਡਸਟਰੀਲਿਸਟ ਹੋ, ਅਤੇ ਨਾਲ ਦੀ ਨਾਲ ਇਹ ਤੁਸੀਂ ਨਾਟਕ ਲਿਖਣ ਦਾ ਸ਼ੌਂਕ ਵੀ ਰੱਖਦੇ ਹੋ, ਆਪ ਖੇਡਦੇ ਵੀ ਰਹੇ ਹੋ ਨਾਟਕ, ਤੁਸੀਂ ਪੰਜਾਬ ਨਾਟਸ਼ਾਲਾ ਬਣਾਉਣ ਦਾ ਜਿਹੜਾ ਇਹ ਕਿਵੇਂ ਮਨ ਦੇ ਵਿੱਚ ਆਇਆ, ਸੁਪਨਾ ਕਿਵੇਂ ਫਿਰ ਬਾਅਦ ਦੇ ਵਿੱਚ ਪੂਰਾ ਹੋਇਆ, ਇਹਦੀ ਸਥਾਪਨਾ ਕਦੋਂ ਹੋਈ? ਅਸਲ 'ਚ ਸਭ ਤੋਂ ਪਹਿਲਾਂ ਮੈਂ ਨਾ ਇੱਕ ਲੋਹੇ ਦੀ ਭੱਠੀ ਦੇ ਵਿੱਚ ਜਿਹੜਾ ਹੈ ਕੰਮ ਕੀਤਾ ਨਾਟਕ ਦੇ ਵਿੱਚ, ਉਦੋਂ ਮੈਂ ਇੱਕ ਨਾਟਕ ਲਿਖਿਆ ਲੋਹੇ ਦੀ ਭੱਠੀ, ਭਾਅ ਜੀ ਗੁਰਸ਼ਰਨ ਸਿੰਘ ਦੇ ਕਹਿਣ 'ਤੇ। ਉਹ ਨਾਟਕ ਦੀ ਇੱਕ ਦੋ ਪਰਫਾਰਮੈਂਸਿਸ ਤਾਂ ਇੱਥੇ ਕੀਤੀਆਂ, ਫਿਰ ਅਸੀਂ ਜਦੋਂ ਉਹ ਦੂਸਰੀਆਂ ਜਗ੍ਹਾ 'ਤੇ ਜਾਣਾ ਸੀ, ਚੰਡੀਗੜ੍ਹ ਕਰਨਾ ਸੀ, ਅਤੇ ਉਹਦੇ ਲਈ ਫਾਈਨੈਂਸ ਜਿਹੜਾ ਪੈਸਾ ਜਿਹੜਾ ਹੈ ਇੱਕ ਬਹੁਤ ਵੱਡਾ ਜ਼ਰੂਰਤ ਹੁੰਦੀ ਹੈ, ਅਤੇ ਪੈਸਾ ਜਿਹੜਾ ਹੈਗਾ ਉਹ ਨਾਟਕ ਸੀਗਾ ਉਹ ਕਿਰਤੀਆਂ ਦੇ ਉੱਤੇ ਸਰਮਾਏਦਾਰੀ ਦੇ ਉਲਟ ਸੀਗਾ, ਅਤੇ ਉਸ ਲਈ ਫਿਰ ਕੋਈ ਵੀ ਉਹਨੂੰ ਜਿਹੜਾ ਹੈਗਾ ਸੀਗਾ ਉਹਨੂੰ ਪੈਸੇ ਦੇਣ ਲਈ ਤਿਆਰ ਨਹੀਂ ਸੀ। ਉਹ ਜਦੋਂ ਭਾਅ ਜੀ ਕਹਿੰਦੇ ਕਿ ਨਾਟਕ ਬਾਰ ਬਾਰ ਖੇਡਿਆ ਜਾਣਾ ਚਾਹੀਦਾ, ਤੁਸੀਂ ਚੰਡੀਗੜ੍ਹ ਖੇਡੋ, ਇੱਥੇ ਕਰੋ, ਇੱਥੇ ਕਰੋ, ਅਤੇ ਪਰ ਜਿੱਥੇ ਵੀ ਹੋਵੇ ਉਹ ਸਾਨੂੰ ਉਸ ਉਹੀ ਮਸਲਾ ਆ ਜੇ, ਅਤੇ ਉਹ ਜੇ ਕਿਸੇ ਕੋਲ ਜਾਈਏ ਤਾਂ ਉਹ ਕਹਿਣ ਕਿ ਨਹੀਂ ਤੁਸੀਂ ਇਹ ਡਾਇਲੋਗਸ ਵਿੱਚੋਂ ਆਹ ਕੱਢ ਦਿਓ, ਫਿਰ ਅਸੀਂ ਇਹਨੂੰ ਤੁਹਾਨੂੰ ਅਸੀਂ ਪੈਸੇ ਦੇ ਸਕਦੇ ਹਾਂ। ਫਿਰ ਇਹ ਮਹਿਸੂਸ ਕਰ ਲਿਆ ਕਿ ਜੇ ਨਾਟਕ ਲਿਖਣ ਦੇ ਨਾਲੋਂ ਜਿਹੜਾ ਨਾਟਕ ਕਰਨ ਵਾਸਤੇ ਸਾਧਨ ਜਿਹੜਾ ਜੁਟਾਉਣਾ ਇਹ ਬਹੁਤ ਜ਼ਰੂਰੀ ਹੈ। ਨਾਟਸ਼ਾਲਾ ਜਦੋਂ ਥੀਏਟਰ ਕਰਨ ਵਾਸਤੇ ਸਾਨੂੰ ਜਗ੍ਹਾ ਚਾਹੀਦੀ ਸੀ ਮਹਿਸੂਸ ਹੋਇਆ, ਫਿਰ ਅਸੀਂ ਨਾਟਸ਼ਾਲਾ ਜਿਹੜੀ ਹੈ 1998 ਦੇ ਵਿੱਚ ਇਹ ਨਾਟਸ਼ਾਲਾ ਹੋਣ 'ਚ ਆਈ। ਸਭ ਤੋਂ ਪਹਿਲਾਂ ਇੱਥੇ ਫੈਕਟਰੀ ਹੁੰਦੀ ਸੀਗੀ, ਅਸੀਂ ਇੱਥੇ ਹਾਰਵੈਸਟਰ ਕੰਬਾਈਨਸ ਦਾ ਸਾਡਾ ਕੰਮ ਹੁੰਦਾ ਸੀ, ਅਸੀਂ ਸ਼ੁਰੂ ਸ਼ੁਰੂ ਦੇ ਵਿੱਚ ਅਸੀਂ ਕੰਬਾਈਨਸ ਨੂੰ ਇੱਕ ਪਾਸੇ ਕਰਕੇ ਉਸੇ ਸ਼ੈੱਡ ਦੇ ਵਿੱਚ ਨਾਟਕ ਕਰ ਲੈਂਦੇ ਸਾਂ। ਫਿਰ ਅਸੀਂ ਇਸ ਦੇ ਪਿੱਛੇ ਜਿਹੜਾ ਹੈਗਾ ਸਾਡੇ ਕੋਲ ਕੁਝ ਖੁੱਲ੍ਹੀ ਜਗ੍ਹਾ ਸੀਗੀ, ਉਸ ਦੇ ਵਿੱਚ ਕੱਚੀ ਸਟੇਜ ਬਣਾ ਕੇ, ਕੱਚੀਆਂ ਪੌੜੀਆਂ ਬਣਾ ਕੇ, ਬਿਲਕੁਲ ਕੱਚੀ ਜਗ੍ਹਾ ਦੇ ਵਿੱਚ ਅਸੀਂ ਜਿਹੜਾ ਹੈਗਾ ਸਭ ਤੋਂ ਪਹਿਲਾਂ ਮੈਨੂੰ ਯਾਦ ਹੈ ਕਿ ਨਾਟਕ ਜਦੋਂ 1998 ਦੇ ਵਿੱਚ 27 ਮਾਰਚ ਨੂੰ ਕੀਤਾ ਅਤੇ ਬਹੁਤ ਸਾਰੇ ਲੋਕ ਜਿਹੜੇ ਸੀ ਆਪਣੇ ਛੱਤਾਂ 'ਤੇ ਖੜ੍ਹੇ ਹੋ ਕੇ ਨਾਟਕ ਜਿਹੜਾ ਹੈਗਾ ਉਹਦਾ ਆਨੰਦ ਮਾਣ ਰਹੇ ਸੀ।
ਫਿਰ ਉਸ ਤੋਂ ਬਾਅਦ ਜਿਹੜਾ ਹੈ ਜਦੋਂ ਅਸੀਂ ਨਾਟਕ ਕਰਦੇ ਮੌਸਮ ਖਰਾਬ ਹੋ ਜਾਣਾ ਕਦੀ ਬਰਸਾਤ ਆ ਜਾਣੀ ਫਿਰ ਜ਼ਰੂਰਤ ਹੋਈ ਕਿ ਇਹ ਤਾਂ ਕੱਚੀ ਸਟੇਜ ਹੈ ਇੱਥੇ ਚਿੱਕੜ ਹੋ ਜਾਂਦਾ ਇੱਥੇ ਤਾਂ ਬਰਸਾਤ ਦੇ ਵਿੱਚ ਮੌਸਮ 'ਚ ਲੋਕਾਂ ਨੇ ਆਏ ਹੋਣਾ ਅਤੇ ਬਰਸਾਤ ਸ਼ੁਰੂ ਹੋ ਜਾਣੀ ਨਾਟਕ ਜਿਹੜਾ ਉਹ ਹੋ ਨਾ ਪਾਉਣਾ ਫਿਰ ਮਹਿਸੂਸ ਕੀਤਾ ਕਿ ਨਹੀਂ ਇੱਥੇ ਛੱਤ ਵੀ ਹੋਣੀ ਚਾਹੀਦੀ ਹੈ ਇਹ ਜਗ੍ਹਾ ਵੀ ਪੱਕੀ ਹੋਣੀ ਚਾਹੀਦੀ ਹੈ ਫਿਰ ਆਹਿਸਤਾ ਆਹਿਸਤਾ ਅਸੀਂ ਹਰ ਨਾਟਕ ਤੋਂ ਬਾਅਦ ਅਸੀਂ ਕਲਾਕਾਰਾਂ ਦੀ ਮੀਟਿੰਗ ਕਰਦੇ ਹੁੰਦੇ ਸੀ ਉਹ ਕਲਾਕਾਰਾਂ ਨੂੰ ਜਿਹੜੀਆਂ ਜਿਹੜੀਆਂ ਪਰੇਸ਼ਾਨੀਆਂ ਆਉਂਦੀਆਂ ਸੀ ਜੋ ਉਹਨਾਂ ਨੂੰ ਜ਼ਰੂਰਤਾਂ ਹੁੰਦੀਆਂ ਸੀ ਉਹ ਫਿਰ ਅਸੀਂ ਇਹ ਸਾਰਾ ਬਣਾ ਕੇ ਲਿਸਟ ਅਸੀਂ ਆਹਿਸਤਾ ਆਹਿਸਤਾ ਇਹ ਨਾਟਸ਼ਾਲਾ ਜੋ ਅੱਜ ਹੈ ਇਹ ਇੱਕ ਦਿਨ 'ਚ ਨਹੀਂ ਬਣੀ ਜਾਂ ਇੱਕ ਸਾਲ 'ਚ ਨਹੀਂ ਬਣੀ ਇਹ ਲਗਾਤਾਰ ਇਹ 15 ਸਾਲ ਤੋਂ ਇਸ 'ਤੇ ਬਣਦੀ ਆ ਰਹੀ ਹੈ ਇਸ ਦੀ ਡਿਵੈਲਪਮੈਂਟ ਹੁੰਦੀ ਜਾ ਰਹੀ ਹੈ ਪਹਿਲਾਂ ਥਾਂ ਪੱਕੀ ਬਣੀ ਫਿਰ ਛੱਤ ਪਈ ਫਿਰ ਇਸ 'ਤੇ ਆਲੇ ਦੁਆਲੇ ਅੱਛਾ ਸਾਊਂਡ ਸਿਸਟਮ ਲਾਈਟ ਸਿਸਟਮ ਕੁਰਸੀਆਂ ਦਾ ਇੰਤਜ਼ਾਮ ਫਿਰ ਇਹਦੀ ਰਿਵਾਲਵਿੰਗ ਸਟੇਜ ਬਣੀ ਇਹਦੇ 'ਚ ਲਾਈਟਸ ਦਾ ਜਿਹੜਾ ਹੈਗਾ ਇਸ ਤਰ੍ਹਾਂ ਦਾ ਸੈੱਟ ਕੀਤਾ ਹੈ ਕਿ ਹਰ ਤਰ੍ਹਾਂ ਦੀ ਜਿਹੜੀ ਵੀ ਡਾਇਰੈਕਟਰ ਨੂੰ ਰਿਕੁਆਇਰਮੈਂਟ ਹੋਵੇ ਉਹਦੇ ਮੁਤਾਬਕ ਅਸੀਂ ਲਾਈਟਸ ਦੇ ਸਕਦੇ ਹਾਂ ਇੱਥੋਂ ਤੱਕ ਕਿ ਅਸੀਂ ਇਸ ਦੇ ਵਿੱਚ ਸਿਰਫ ਘੁੰਮਣ ਤੱਕ ਨਹੀਂ ਇਹਨੂੰ ਸੀਮਿਤ ਰੱਖਿਆ ਅਸੀਂ ਹੋਰ ਡਾਇਮੈਂਸ਼ਨਸ ਐਡ ਕੀਤੀਆਂ ਕਿ ਜੇ ਕੋਈ ਨਾਟਕ ਦੇ ਵਿੱਚ ਪੰਜੀਰੀ ਬਣ ਰਹੀ ਤਾਂ ਸਾਰੇ ਦਰਸ਼ਕਾਂ ਦੇ ਵਿੱਚ ਸਮੈਲ ਆਉਂਦੀ ਪੰਜੀਰੀ ਦੀ ਜੇ ਬਰਸਾਤ ਦਾ ਸੀਨ ਹੈ ਤਾਂ ਸਟੇਜ ਦੇ ਉੱਤੇ ਬਰਸਾਤ ਵੀ ਹੁੰਦੀ ਹੈ ਅਤੇ ਦਰਸ਼ਕਾਂ ਦੇ ਉੱਪਰ ਵੀ ਥੋੜ੍ਹੇ ਜਿਹੇ ਚਿਰ ਵਾਸਤੇ ਪਾ ਦਿੰਦੇ ਤਾਂ ਕਿ ਉਹ ਮਹਿਸੂਸ ਕਰਨ ਜੋ ਵੀ ਵਾਪਰ ਰਿਹਾ ਸਟੇਜ ਦੇ ਵਿੱਚ ਆਪਣੇ ਆਪ ਨੂੰ ਉਹਦਾ ਹਿੱਸਾ ਸਮਝਣ।